ਜੋ ਤਹਿਸੀਲਦਾਰ ਸਾਹਿਬ ਤੋਂ ਚੈੱਕ ਕਰਾਇਆ ਪਟਵਾਰੀ ਸਾਹਿਬ ਤੋਂ ਉਹਤੋਂ ਅਲੱਗ ਨਹੀਂ ਚੱਲੀ ਗਈ। ਆਪਣੇ ਜ਼ਿਲ੍ਹੇ ਚ ਦੋ ਹੀ ਨੇ ਨਾ, ਨੀਲੋ ਸ਼ਰਾਬੀ ਆ ਕੰਮ ਇੱਕ ਪੀਓ। ਇਧਰਲੇ ਪਾਸੇ ਬਿਠਾ ਦਿਓ। ਅੱਜ ਸਵੇਰੇ ਹਾਈਟੈਕ ਨਾਕਾ ਦਰਾਹਾ 'ਤੇ ਸਾਡੇ ਡੀ ਐੱਸ ਪੀ ਪਾਇਲ ਰਿਸ਼ਪਾਲ ਸਿੰਘ, ਐੱਸ ਐੱਚ ਓ ਮਨਜੀਤ ਸਿੰਘ, ਏਐੱਸ ਆਈ ਸੁਰਜੀਤ ਅਤੇ ਇਹਨਾਂ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀ। ਇੱਕ ਸਫਾਰੀ ਨੂੰ ਜਦੋਂ ਇਹਨਾਂ ਰੋਕਿਆ ਤਾਂ ਉਸ ਦੇ ਵਿੱਚ ਤਿੰਨ ਬੰਦੇ ਮੌਜੂਦ ਮਿਲੇ। ਉਹਨਾਂ ਦੀ ਸਰਚ 'ਤੇ 1 ਕਿਲੋ ਅਤੇ 100 ਗ੍ਰਾਮ ਹੈਰੋਇਨ ਉਹਨਾਂ ਤੋਂ ਰਿਕਵਰ ਹੋਈ ਹੈ। ਜਿਹੜੀ ਮੇਨ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਇਹ ਹੈ ਕਿ ਇਹਨਾਂ ਦੀ ਜਦੋਂ ਅਸੀਂ ਪੁੱਛਗਿੱਛ ਕੀਤੀ, ਇਹ ਤਿੰਨੇ ਹੀ ਜਿਹੜੇ ਨੇ ਇਹਨਾਂ ਦੇ ਆਲਰੇਡੀ ਦੋ ਦੋ ਤਿੰਨ ਤਿੰਨ ਪਰਚੇ ਦਰਜ ਨੇ। ਇਹ ਹੈਬਿਚੁਅਲ ਅਫੈਂਡਰਸ ਨੇ। ਇਹਨਾਂ 'ਚੋਂ ਇੱਕ ਜਿਸਦਾ ਨਾਮ ਬਲਵੀਰ ਸਿੰਘ ਹੈ, ਇਹ ਆਲਰੇਡੀ 14 ਬੋਰੀਆਂ ਦੇ ਵਿੱਚ ਕੈਦ ਕੱਟ ਰਿਹਾ ਅਤੇ ਇਹ ਪੈਰੋਲ 'ਤੇ ਬਾਹਰ ਆਇਆ ਹੋਇਆ ਅਤੇ ਆ ਕੇ ਫਿਰ ਇਹਨੇ ਇਹੀ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ। ਇਸੇ ਤਰੀਕੇ ਨਾਲ ਇੱਕ ਜਿਹੜਾ ਇਹਨਾਂ 'ਚ ਬਲਜੀਤ ਸਿੰਘ ਹੈਗਾ, ਇਹ ਪੀ ਓ ਹੈ ਜਲੰਧਰ ਦੇ ਇੱਕ ਸਨੈਚਿੰਗ ਦੇ ਕੇਸ ਦੇ ਵਿੱਚ। ਇਹਨਾਂ ਤਿੰਨਾਂ ਨੂੰ ਹੀ ਅਸੀਂ ਅਰੈਸਟ ਕਰ ਲਿਆ ਅਤੇ ਬਾਕੀ ਪੁੱਛਗਿੱਛ ਜਾ ਰਹੀ ਹੈ। ਆਲਰੇਡੀ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਇਹਨਾਂ ਦੇ ਪਰਚੇ ਐਨ ਡੀ ਪੀ ਐੱਸ ਦੇ ਅਤੇ ਸਨੈਚਿੰਗ ਦੇ ਪਹਿਲਾਂ ਹੀ ਦਰਜ ਨੇ। ਇਹ ਟੋਟੀਆਂ ਪਿੰਡ ਅਤੇ ਲਾਟੀਆਂ ਪਿੰਡ ਸੁਲਤਾਨਪੁਰ ਏਰੀਆ ਕਪੂਰਥਲੇ ਦੇ ਵਿੱਚ ਪੈਂਦਾ। ਇਹ ਤਿੰਨੇ ਹੀ ਉੱਥੋਂ ਦੇ ਨੇ, ਹੈਬਿਚੁਅਲ ਅਫੈਂਡਰਸ ਨੇ। ਕਈ ਕਈ ਦੋ ਦੋ ਤਿੰਨ ਤਿੰਨ ਚਾਰ ਚਾਰ ਪਰਚੇ ਇਹਨਾਂ 'ਤੇ ਆਲਰੇਡੀ ਰਜਿਸਟਰਡ ਨੇ। ਹਜੇ ਇਹਨਾਂ ਦੀ ਪੁੱਛਗਿੱਛ ਕਰਦੇ ਹਾਂ, ਜੇ ਪੁੱਛਗਿੱਛ ਦੇ ਵਿੱਚ ਕੋਈ ਗੱਲ ਆਈ ਤਾਂ ਤੁਹਾਨੂੰ ਸ਼ੇਅਰ ਕਰਾਂਗੇ। ਹਜੇ ਤੱਕ ਜਿਹੜੀ ਗੱਲ ਇਹਨਾਂ ਨੇ ਦੱਸੀ ਹੈ, ਜਿਹੜੇ ਇਹਨਾਂ ਦੇ ਆਲਰੇਡੀ ਪਰਚੇ ਦਰਜ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਐਂਡ ਜਿੱਥੇ ਵੀ ਲੈ ਕੇ ਜਾਣਾ ਸੀ ਇਹਨਾਂ ਦੀ ਰਿਮਾਂਡ ਲੈ ਕੇ ਇਹਨਾਂ ਦੀ ਪੁੱਛਗਿੱਛ ਕਰਾਂਗੇ ਐਂਡ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਅਤੇ ਇਹ ਗੱਡੀ ਮੋਸਟ ਪ੍ਰੋਬਬਲੀ ਦਿੱਲੀ ਜਾਂ ਅੰਬਾਲੇ ਵਾਲੇ ਪਾਸਿਓਂ ਆ ਰਹੀ ਸੀਗੀ। ਇਹ ਸੋ ਇਸ ਗੱਲ ਦੇ ਜਿੱਥੋਂ ਵੀ ਲੈ ਕੇ ਆ ਰਹੇ ਸੀਗੇ, ਸਪਲਾਈ ਲਾਈਨ ਅਸੀਂ ਇਹਨਾਂ ਦੀ ਤੋੜਾਂਗੇ ਐਂਡ ਜਿਹੜਾ ਸੋਰਸ ਹੋਏਗਾ ਉਹਦੇ ਤੱਕ ਵੀ ਜ਼ਰੂਰ ਪਹੁੰਚਾਂਗਾ। ਵੀ ਇਸੇ ਨਾਕੇ 'ਤੇ ਹੀ
ਬੜਾ ਵਧੀਆ ਕੰਮ ਕਰਦੇ ਹੋਏ ਅਗੇਨ ਡੀ ਐਸ ਪੀ ਸਾਹਿਬ ਸਾਡੇ ਪਾਇਲ, ਐਸ ਐਚ ਓ ਪਾਇਲ, ਏਸ ਆਈ ਸੁਰਜੀਤ, ਇਹਨਾਂ ਦੀ ਟੀਮ ਨੇ ਇੱਕ ਵੈਨ ਰੋਕੀ ਜਿਸ ਦੇ ਵਿੱਚੋਂ 90 ਪੇਟੀਆਂ ਸ਼ਰਾਬ ਮਿਲੀ, ਉਹ ਵੀ ਪਰਚਾ ਦਰਜ ਕੀਤਾ ਗਿਆ। ਐਂਡ ਸਾਡੀ ਪਾਇਲ ਟੀਮ ਦੀ, ਸਬ ਡਿਵੀਜ਼ਨ ਪਾਇਲ ਟੀਮ ਦੀ, ਦੁਰਾਹੇ ਟੀਮ ਦੀ ਬੜੀ ਵੱਡੀ ਉਪਲਬਧੀ ਹੈ ਕਿ ਇਹਨਾਂ 1 ਕਿਲੋ 100 ਗ੍ਰਾਮ ਹੈਰੋਇਨ ਅਤੇ ਉਸ ਦੇ ਨਾਲ ਨਾਲ ਹੀ 90 ਪੇਟੀਆਂ ਸ਼ਰਾਬ ਦੀਆਂ ਵੀ ਰਿਕਵਰ ਕੀਤੀਆਂ। ਸੁਖਵਿੰਦਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ? ਲਾਟੀਆਂ। ਕਿੱਥੋਂ ਲੈ ਕੇ ਆਏ ਸੀ? ਦਿੱਲੀਓਂ ਲੈ ਗਏ। ਦਿੱਲੀ ਕਿੰਨੀ ਕੁ ਕੀਮਤ ਹੈ ਇਹਦੀ? ਕੀਮਤ ਹੈ ਇਹਦੇ 8 ਲੱਖ। ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ? 8-9। ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ? ਕਿੱਥੇ ਡਿਲੀਵਰ ਕਰਨੀ ਸੀ ਅੱਗੇ? ਸਪਲਾਈ ਪਿੰਡ। ਪਹਿਲਾਂ ਕਿੰਨੇ ਮੁਕੱਦਮੇ ਦਰਜ ਨੇ? ਪਹਿਲਾਂ 2। ਕਿੱਥੇ ਦਰਜ ਨੇ? ਸੁਲਤਾਨਪੁਰ ਲੋਧੀ। ਉਹਨਾਂ 'ਚ ਸਜ਼ਾ ਭੁਗਤ ਚੁੱਕੇ ਹੋ ਜਾਂ ਚੱਲ ਰਹੇ ਨੇ? ਚੱਲ ਰਹੇ। ਉਦੋਂ ਕੀ ਰੇਟ ਲੈ ਕੇ ਆਉਂਦੇ ਤੁਸੀਂ?